ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਦੋਸਤ ਹਰਦੀਪ ਦੁਆ। ਸੋ PBN ਦੇ ਸਾਰੇ ਦੇਸ਼ ਤੇ ਵਿਦੇਸ਼ ਦੇ ਦਰਸ਼ਕਾਂ ਦਾ ਸਵਾਗਤ ਹੈ। ਸਾਰੇ ਸਾਡੇ ਦੇਸ਼ ਤੇ ਵਿਦੇਸ਼ ਦੇ ਦਰਸ਼ਕਾਂ ਨੂੰ ਦੀਵਾਲੀ ਦੀਆਂ ਲੱਖ ਲੱਖ ਮੁਬਾਰਕਾਂ। ਸੋ ਦੋਸਤੋ, ਦੀਵਾਲੀ ਕਿਉਂ ਮਨਾਈ ਜਾਂਦੀ ਹੈ, ਵਾਸਤੂ ਦਾ ਦੀਵਾਲੀ ਨਾਲ ਕੀ ਸੰਬੰਧ ਹੈ, ਔਰ ਨਾਲ ਹੀ ਨਾਲ ਲਕਸ਼ਮੀ ਮਾਂ ਦੀ ਪੂਜਾ ਸਾਨੂੰ ਕਦੋਂ ਔਰ ਕਿਹੜੇ ਵੇਲੇ ਕਰਨੀ ਚਾਹੀਦੀ ਹੈ, ਇਹ ਸਾਰੀਆਂ ਗੱਲਾਂ ਦੱਸਣ ਲਈ ਚੱਲਦੇ ਹਾਂ ਸਮਾਰਟ ਸਿਟੀ ਲੁਧਿਆਣਾ ਤੋਂ ਜੋਤੀ ਸਮਰਾਟ ਸੁਖਮਿੰਦਰ ਸਿੰਘ ਕੋਲ। ਆਓ ਫਿਰ ਚੱਲਦੇ ਹਾਂ। ਸੋ ਦੋਸਤੋ, ਹੁਣ ਸਾਡੇ ਨਾਲ ਗੱਲ ਕਰਨ ਲਈ ਮੌਜੂਦ ਹੈਗੇ ਨੇ ਇੰਟਰਨੈਸ਼ਨਲ ਜੋਤੀ ਸਮਰਾਟ ਯਾਨੀ ਕਿ ਸੁਖਮਿੰਦਰ ਸਿੰਘ ਜੀ, ਜੋ ਕਿ ਸਾਨੂੰ ਦੱਸਣਗੇ ਕਿ ਦੀਵਾਲੀ ਦੇ ਮੌਕੇ 'ਤੇ ਕਿਸ ਤਰ੍ਹਾਂ ਵਾਸਤੂ ਦੇ ਅਕੋਰਡਿੰਗ ਤੁਸੀਂ ਡੈਕੋਰੇਸ਼ਨ ਕਰ ਸਕਦੇ ਹੋ, ਪੂਜਾ ਦਾ ਸਮਾਂ ਕਿਹੜਾ ਹੋਣਾ ਚਾਹੀਦਾ, ਉਹ ਕਿੰਨੇ ਦੀਏ ਕਿੱਥੇ ਔਰ ਕਦੋਂ ਲਗਾਉਣੇ ਚਾਹੀਦੇ ਨੇ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਜੀ। ਹਰਦੀਪ ਜੀ, ਸਭ ਤੋਂ ਪਹਿਲਾਂ ਤਾਂ PBN ਚੈਨਲ ਦੇ ਸਾਰੇ ਵਰਲਡ ਦੇ ਵਿੱਚ ਫੈਲੇ ਹੋਏ ਜਿੰਨੇ ਵੀ ਦਰਸ਼ਕ ਨੇ ਸਾਰਿਆਂ ਨੂੰ ਬਹੁਤ ਬਹੁਤ ਸ਼ੁਭਕਾਮਨਾਵਾਂ। ਬੜਾ ਹੀ ਵਧੀਆ ਚੈਨਲ ਹੈ ਇਹ, ਅਤੇ ਬਹੁਤ ਹੀ ਲੋਕਾਂ ਨੂੰ ਇਹਦੇ ਤੋਂ ਵਧੀਆ ਜਾਣਕਾਰੀ ਮਿਲਦੀ ਹੈ। ਤੁਸੀਂ ਗੱਲ ਕਰੀਏ, ਅੱਜ ਦੇ ਸਮੇਂ ਜਿਹੜਾ ਵਾਸਤੂ ਹੈਗਾ ਉਹ ਬਹੁਤ ਵੱਡਾ ਜਿਹੜਾ ਹੈਗਾ ਰੋਲ ਅਦਾ ਕਰਦਾ ਪਿਆ ਹਰ ਇੱਕ ਦੇ ਘਰ ਦੇ ਵਿੱਚ, ਦੁਕਾਨਦਾਰੀ ਦੇ ਵਿੱਚ। ਸੋ ਆਪਾਂ ਡੈਕੋਰੇਸ਼ਨ ਦਾ ਸਮਾਨ ਤਾਂ ਮਾਰਕੀਟ ਦੇਖਦੇ ਹਾਂ, ਆਪਾਂ ਦੇਖਦੇ ਕਿ ਬੜਾ ਸੋਹਣਾ ਲੱਗ ਰਿਹਾ ਹੈ ਨਾ, ਆਪਾਂ ਨੂੰ ਵੁੱਡਨ ਲਗਾ ਦਿੰਦੇ ਹਾਂ, ਘਰ ਰੱਖ ਲੈਂਦੇ ਹਾਂ, ਬਟ ਸਾਨੂੰ ਇਹ ਨਹੀਂ ਪਤਾ ਹੁੰਦਾ ਕਿ ਸਾਨੂੰ ਕਿਹੜੀਆਂ ਚੀਜ਼ਾਂ ਬਾਏ ਕਰਨੀ ਚਾਹੀਦੀਆਂ ਨੇ ਔਰ ਕਿੱਥੇ ਕਿੱਥੇ ਨੂੰ ਰੱਖਣਾ ਚਾਹੀਦਾ ਹੈਗਾ। ਬਿਲਕੁਲ ਸਹੀ ਹੈ ਹਰਦੀਪ ਜੀ, ਜਿੱਦਾਂ ਪਹਿਲਾਂ ਤੁਸੀਂ ਗੱਲ ਕੀਤੀ ਸੀ ਦੀਵਿਆਂ ਦੀ, ਅਤੇ ਇਸ ਵਾਰੀ ਦੀਵਾਲੀ 'ਤੇ ਸਾਰਿਆਂ ਨੂੰ ਹੀ ਚਾਹੀਦਾ ਕਿ ਘਰ ਦੀ ਚਾਰ ਦੀਵਾਰੀ ਦੇ ਉੱਤੇ ਘੱਟੋ ਘੱਟ 27 ਨਕਸ਼ਤਰਾਂ ਦੇ ਮੁਤਾਬਿਕ 27 ਮਿੱਟੀ ਦੇ ਦੀਵੇ ਜਿਹੜੇ ਹੈਗੇ ਆ ਸਰ੍ਹੋਂ ਦਾ ਤੇਲ ਪਾ ਕੇ ਬੱਤੀਆਂ ਦੇ ਨਾਲ ਜ਼ਰੂਰ ਜਲਾਉਣ। ਫਿਰ ਨਵ ਗ੍ਰਹਿਆਂ ਦੇ ਲਈ 9 ਦੀਵੇ ਜਿਹੜੇ ਹੈਗੇ ਆ ਤੁਸੀਂ ਘਰ ਦੀ ਚਾਰ ਦੀਵਾਰੀ ਦੇ ਅੰਦਰ ਇੰਟਰਨਲ ਪਾਰਟ ਦੇ ਵਿੱਚ ਜਲਾ ਸਕਦੇ ਆ, ਘੱਟੋ ਘੱਟ ਇਹ ਜਿਹਦੇ ਵਿੱਚ ਤੁਸੀਂ ਨਲਕੇ ਦੇ ਕੋਲ ਰੱਖਣਾ, ਕਿਚਨ ਦੇ ਕੋਲ ਰੱਖਣਾ, ਕਿਉਂਕਿ ਪੁਰਾਣੇ ਬਜ਼ੁਰਗ ਸਾਰੀਆਂ ਚੀਜ਼ਾਂ ਬਹੁਤ ਜ਼ਿਆਦਾ ਦੱਸਦੇ ਹੁੰਦੇ ਸੀਗੇ, ਬਟ ਉਹ ਲੌਜਿਕ ਜਾਂ ਵਾਸਤੂ ਉਹਦਾ ਨਾਮ ਨਹੀਂ ਉਦੋਂ ਦਿੱਤਾ ਜਾਂਦਾ ਸੀਗਾ। ਫਿਰ ਤੀਜੀ ਚੀਜ਼ ਤੁਸੀਂ ਵਾਸਤੂ ਦੀ ਕੀਤੀ ਕਿ ਵਾਸਤੂ ਦੇ ਮੁਤਾਬਿਕ ਕੀ ਕਰਨਾ ਚਾਹੀਦਾ। ਹਰ ਘਰ ਦੇ ਵਿੱਚ ਇੱਕ ਵਿੰਡ ਚਾਈਮ ਤਾਂ ਜ਼ਰੂਰ ਹੀ ਲਗਾਉਣੀ ਚਾਹੀਦੀ ਹੈ। ਜਿਸ ਘਰ ਦਾ ਮੇਨ ਦਰਵਾਜ਼ਾ ਜਿੱਥੋਂ ਆਪਾਂ ਐਂਟਰ ਕਰਦੇ ਹਾਂ, ਜੇ ਉਸ ਦਰਵਾਜ਼ੇ ਦੇ ਉੱਤੇ ਵਿੰਡ ਚਾਈਮ ਲੱਗੀ ਹੋਊਗੀ, ਘੰਟੀਆਂ ਵੱਜਦੀਆਂ ਹੋਣਗੀਆਂ, ਤਾਂ ਉਹਦੇ ਵਿੱਚ ਜਿੰਨੀਆਂ ਪੋਜ਼ਿਟਿਵ ਐਨਰਜੀ ਦੀਆਂ ਤਰੰਗਾਂ ਰਹਿਣਗੀਆਂ। ਦੂਜੀ ਗੱਲ ਜੀ, ਘਰ ਦੇ ਅੰਦਰ ਜਿਹੜਾ ਨੌਰਥ ਈਸਟ ਦਾ ਇਲਾਕਾ ਹੈਗਾ ਉਹਦੇ ਵਿੱਚ ਤੁਸੀਂ ਆਪਣੇ ਸਾਹਮਣੇ ਜਿਹੜੀ ਡਾਇਰੈਕਸ਼ਨ ਰੱਖੋ ਨੌਰਥ ਈਸਟ, ਉੱਥੇ ਦੇਵੀ ਦੇਵਤਾਵਾਂ ਦੀਆਂ ਮੂਰਤੀਆਂ ਲਗਾ ਕੇ ਦੀਵਾਲੀ ਦੀ ਪੂਜਾ ਵਿਸ਼ੇਸ਼ ਤੌਰ 'ਤੇ ਉੱਥੇ ਕਰੋ, ਬਹੁਤ ਵਧੀਆ ਰਹੇਗਾ। ਫਿਰ ਅੱਜ ਕੱਲ੍ਹ ਹਰਦੀਪ ਜੀ ਦੀਵਾਲੀ 'ਤੇ ਬਹੁਤ ਤਰ੍ਹਾਂ ਦੀਆਂ ਮਿਠਾਈਆਂ ਆ ਗਈਆਂ, ਸਿੰਥੈਟਿਕ ਮਿਠਾਈਆਂ ਆ ਗਈਆਂ, ਜੂਸਿਸ ਵੀ ਸਿੰਥੈਟਿਕ ਆਉਣ ਲੱਗ ਗਏ, ਰੇਟਸ ਬੜੀਆਂ ਪੈਂਦੀਆਂ, ਅਤੇ ਬੜੀ ਜਗ੍ਹਾ ਇੱਦਾਂ ਕੁਛ ਹੋ ਰਿਹਾ। ਅਤੇ ਸਾਰਿਆਂ ਨੂੰ ਇੱਕ ਚੀਜ਼ ਕਹਾਂਗੇ ਕਿ ਤੁਸੀਂ ਕੁਛ ਵੀ ਚੀਜ਼ ਦਾ ਭੋਗ ਲਗਾਓ, ਲੇਕਿਨ ਦੀਵਾਲੀ ਦਾ ਭੋਗ ਜਿਹੜਾ ਸਭ ਤੋਂ ਉੱਤਮ ਹੁੰਦਾ ਉਹ ਲਕਸ਼ਮੀ ਜੀ ਨੂੰ ਆਪਾਂ ਖੀਰ ਦਾ ਭੋਗ ਲਗਾਉਂਦੇ ਹਾਂ, ਜਿਹਦੇ ਵਿੱਚ ਬਦਾਮ ਅਤੇ ਨਾਲ ਇਲਾਇਚੀਆਂ ਜ਼ਰੂਰ ਪਾਉਣੀਆਂ ਚਾਹੀਦੀਆਂ, ਕਿਉਂਕਿ ਖੀਰ ਦਾ ਭੋਗ ਜੇ ਆਪਾਂ ਲਗਾਵਾਂਗੇ ਅਤੇ ਦੀਵਾਲੀ ਦੀ ਪੂਜਾ ਜਿਹੜੀ ਹੈ ਪਤੀ ਪਤਨੀ ਦੋਨੇ ਹੀ ਮਿਲ ਕੇ ਬੈਠਣਗੇ ਵਿਸ਼ਨੂੰ ਜੀ ਅਤੇ ਲਕਸ਼ਮੀ ਜੀ ਦੀ ਪੂਜਾ ਕਰਨਗੇ, ਤਾਂ ਘਰ ਦੇ ਵਿੱਚ ਬਿਮਾਰੀਆਂ ਜਾਣਗੀਆਂ, ਨਾਮ ਮਾਨ ਸਨਮਾਨ ਮਿਲੇਗਾ, ਤਨ ਠਹਿਰੇਗਾ, ਇਹਨਾਂ ਦੇ ਕਾਫੀ ਜ਼ਿਆਦਾ ਅਸਾਰ ਬਣਨਗੇ ਜੀ। ਬਿਲਕੁਲ, ਤੁਸੀਂ ਬਹੁਤ ਵਧੀਆ ਦੱਸਿਆ ਨਹੀਂ, ਤਾਂ ਜ਼ਿਆਦਾਤਰ ਲੋਕਾਂ ਮਾਇੰਡ 'ਚ ਆਉਂਦਾ ਕਿ ਇਹ ਫਰੈਸ਼ ਡੱਬਾ ਆਇਆ ਕਿਸੇ ਨੂੰ ਦਿੱਤਾ, ਇਹਨੂੰ ਖੋਲ੍ਹ ਲੈਣੀ, ਆਪਾਂ ਤਾਂ ਭੋਗ ਲਵਾਉਣਾ ਹੈਗਾ ਵੈ, ਕੋਈ ਡਰਾਈ ਫਰੂਟ ਲੱਗ ਲੈਂਦਾ, ਕੋਈ ਕੇਲੇ ਦੋ ਸੇਬ ਰੱਖ ਲੈਂਦਾ, ਅਤੇ ਕੋਈ ਕਿੱਥੇ ਹੈਗਾ ਵੈ ਢੋਡਾ ਰੱਖ ਲੈਂਦਾ ਕਿ ਚਲੋ ਆਫਟਰ ਆਪਾਂ ਮਿਲਕ ਦਾ ਪੂਜਾ ਤੋਂ ਬਾਅਦ ਆਪਾਂ ਦੇ ਦਿਆਂਗੇ। ਲੇਕਿਨ ਜਦ ਸਭ ਤੋਂ ਮੇਨ ਗੱਲ ਹੈਗੀ ਘੁੰਮ ਘੁੰਮਾ ਕੇ ਕਿ ਲਕਸ਼ਮੀ ਜਦੋਂ ਘਰ ਆਵੇ ਤਾਂ ਉਹਦਾ ਪੂਜਾ ਦਾ ਟਾਈਮ ਕਿੰਨੇ ਵਜੇ ਦਾ ਹੋਣਾ ਚਾਹੀਦਾ, ਕਿਉਂਕਿ ਹਾਈ ਕੋਰਟ ਨੇ ਤਾਂ ਆਪਣਾ ਦੱਸਤਾ ਕਿ ਤੁਸੀਂ ਪਟਾਕੇ ਜਿਹੜੇ ਹੈਗੇ ਨੇ 6 ਵਜੇ ਤੋਂ 9 ਵਜੇ ਦੇ ਵਿੱਚ ਵਜਾ ਲੈਣੇ ਹੈਗੇ ਨੇ। ਸੋ ਪੂਜਾ ਅਕੋਰਡਿੰਗ ਕਿੰਨੇ ਵਜੇ ਪੂਜਾ ਕਰਨੀ ਚਾਹੀਦੀ ਲਕਸ਼ਮੀ ਮਾਤਾ ਦੀ? ਬਿਲਕੁਲ ਹਰਦੀਪ ਜੀ, ਇਹ ਬੜਾ ਵਧੀਆ ਕੁਐਸਚਨ ਤੁਸੀਂ ਪੁੱਛਿਆ। ਜੇ ਆਪਾਂ ਦੀਵਾਲੀ ਦੀ ਸ਼ਾਮ ਨੂੰ ਦੇਖਦੇ ਹਾਂ ਤਾਂ ਜਿੰਨੇ ਵੀ ਦੁਕਾਨਦਾਰ ਨੇ 5:38 ਤੋਂ ਲੈ ਕੇ 8:14 ਤੱਕ ਪ੍ਰਦੋਸ਼ ਕਾਲ ਦੇ ਵਿੱਚ ਵੀ ਉਹ ਲੋਕ ਪੂਜਾ ਕਰ ਰਹੇ ਨੇ ਇਸ ਵਾਰੀ। ਫਿਰ ਉਦੋਂ ਬਾਅਦ ਘਰਾਂ ਦੇ ਵਿੱਚ ਜਿਹੜਾ 7:05 ਤੋਂ ਲੈ ਕੇ ਰਾਤ ਦੇ 9 ਵਜੇ ਤੱਕ ਦੀ ਪੂਜਾ ਕੀਤੀ ਜਾ ਸਕਦੀ ਹੈ। ਫਿਰ ਇੱਕ ਵਿਸ਼ੇਸ਼ ਕਾਲ ਆਉਂਦਾ ਹੈ ਜਦੋਂ ਅਮਾਵਸ ਦੀ ਮਹਾਂਕਾਲੀ ਰਾਤ ਦੇ ਵਿੱਚ ਸਾਧਕ ਸਿੱਧੀਆਂ ਕਰਨੀਆਂ ਚਾਹੁੰਦੇ ਨੇ। ਸੋ ਸਿੱਧੀਆਂ ਦਾ ਟਾਈਮ ਰਾਤ 12 ਵਜੇ ਤੋਂ ਲੈ ਕੇ ਸਟਾਰਟ ਹੁੰਦਾ, ਤਕਰੀਬਨ 3 ਕੁ ਘੰਟੇ ਦਾ ਟਾਈਮ ਹੁੰਦਾ, ਜਦੋਂ ਵਿਸ਼ੇਸ਼ ਮੰਤਰਾਂ ਦਾ, ਵਿਸ਼ੇਸ਼ ਮਾਲਾ ਦੇ ਨਾਲ, ਵਿਸ਼ੇਸ਼ ਯੰਤਰਾਂ ਦੇ ਨਾਲ ਇੱਕ ਖਾਸ ਡਾਇਰੈਕਸ਼ਨ 'ਚ ਬੈਠ ਕੇ ਇੱਕ ਖਾਸ ਅਸੀਂ ਪਾਠ ਦੇ ਨਾਲ ਇੱਕ ਖਾਸ ਮੰਤਰ ਨੂੰ ਸਿੱਧ ਕਰਦੇ ਹਾਂ, ਜਿਹਨੂੰ ਸਾਰਾ ਸਾਲ ਜਪਣ ਦੇ ਨਾਲ ਲਾਈਫ ਦੇ ਵਿੱਚ ਵਧੀਆ ਹੋ ਸਕਦਾ। ਜਿਹਦੇ 'ਚ ਕੁਛ ਸਟੂਡੈਂਟਸ ਨੇ ਉਹ ਪੜ੍ਹਾਈ ਦੇ ਲਈ ਮੰਤਰ ਜਪਦੇ ਆ, ਕੁਛ ਬਿਮਾਰ ਲੋਕ ਨੇ ਉਹ ਸਿਹਤ ਦੇ ਲਈ ਮੰਤਰ ਜਪਦੇ ਆ, ਜਿਹੜੇ ਗ੍ਰਸਤ ਨੇ ਉਹ ਕਹਿੰਦੇ ਘਰ ਦੇ ਵਿੱਚ ਸਾਡੇ ਸੁੱਖ ਸ਼ਾਂਤੀ ਰਹੇ,
ਰਵੇ ਅਤੇ ਨਾਲ ਨਾਲ ਬਰਕਤ ਰਵੇ ਅਤੇ ਨਾਲ ਹੀ ਜਿਹੜੇ ਆ ਧਨ ਵਾਲੇ ਵਪਾਰੀ ਨੇ ਉਹਨਾਂ ਨੂੰ ਹੁੰਦਾ ਕਿ ਧਨ ਜ਼ਿਆਦਾ ਆਉਂਦਾ ਰਵੇ। ਸੋ ਵੱਖ ਵੱਖ ਮੰਤਰਾਂ ਦਾ ਜਪਦਾ ਉਹ ਟਾਈਮ ਸ਼ੁਰੂ ਹੋ ਜਾਂਦਾ ਜੀ। ਬਿਲਕੁਲ, ਤੁਸੀਂ ਜਿਸ ਤਰ੍ਹਾਂ ਧਨ ਜ਼ਿਆਦਾ ਆਉਂਦਾ ਹੋਵੇ ਉਸ ਅਕੋਰਡਿੰਗ ਇਹ ਵੀ ਦੇਖਿਆਗਾ ਕਿ ਲਕਸ਼ਮੀ ਮਾਤਾ ਦੇ ਮਤਲਬ ਨਾਮ ਦੇ ਉੱਤੇ ਦੇਖਿਆ ਜਾਂਦਾ ਕਿ ਜ਼ਿਆਦਾਤਰ ਜਿਹੜੇ ਹੈਗੇ ਨੇ ਲੋਕ ਜੂਆ ਜ਼ਰੂਰ ਖੇਡਦੇ ਨੇ, ਅਤੇ ਉਹਦਾ ਰੀਜ਼ਨ ਕੀ ਇੰਨਾ ਜੂਆ ਜਿਹੜਾ ਹੈਗਾ ਦੀਵਾਲੀ ਦੇ ਦਿਨ ਹੀ ਖੇਡਿਆ ਜਾਂਦਾ ਹੈਗਾ। ਹਰਦੀਪ ਜੀ, ਇੱਕ ਬੜੀ ਪੁਰਾਣੀ ਰਵਾਇਤ ਸੀਗੀ, ਪਹਿਲਾਂ ਤਾਂ ਸਵਾਲ ਹੈ ਕਿ ਦੀਵਾਲੀ ਦੇ ਉੱਤੇ ਜੂਆ ਖੇਡਣਾ ਚਾਹੀਦਾ ਕਿ ਨਹੀਂ ਖੇਡਣਾ ਚਾਹੀਦਾ? ਬਿਲਕੁਲ, ਬੇਸਿਕਲੀ ਜਿਹੜੀ ਬਹੁਤ ਪੁਰਾਣੀ ਇੱਕ ਵਿਧੀ ਸੀਗੀ ਜੂਏ ਦੀ, ਉਸ ਵਿਧੀ ਨੂੰ ਲੋਕ ਸਾਰੇ ਭੁੱਲ ਚੁੱਕੇ ਨੇ, ਅਤੇ ਅੱਜ ਕੱਲ੍ਹ ਕਲੱਬਾਂ ਦੇ ਵਿੱਚ ਅਤੇ ਹੋਟਲਾਂ ਦੇ ਵਿੱਚ ਲੋਕ ਜੂਆ ਖੇਡ ਕੇ ਦੀਵਾਲੀ 'ਤੇ ਬਰਬਾਦ ਹੋ ਜਾਂਦੇ ਆ। ਹੁਣ ਜਿਹੜੀ ਅਸਲੀ ਵਿਧੀ ਹੈ ਮੈਂ ਤੁਹਾਨੂੰ ਦੱਸਣ ਲੱਗਿਆ ਕਿ ਮੰਨ ਲਓ ਤੁਹਾਡੇ ਘਰ ਦੇ 6 ਮੈਂਬਰਸ ਨੇ, 6 ਦੇ 6 ਲੋਕ ਤੁਸੀਂ 1-1 ਰੁਪਏ ਦੇ 10 ਸਿੱਕੇ ਲੈ ਲਓ, ਟੋਟਲ 60 ਸਿੱਕੇ ਜਿਹੜੇ ਆਪਸ 'ਚ ਡਿਸਟ੍ਰੀਬਿਊਟ ਹੋ ਗਏ। ਉਦੋਂ ਬਾਅਦ ਚੌਸਰ ਦੀ ਇੱਕ ਜਿਹੜਾ ਪੰਸਾ ਜਿਹਨੂੰ ਕਹਿੰਦੇ ਆ, ਜਿਹਦੇ 'ਤੇ 1 ਤੋਂ ਲੈ ਕੇ 9 ਤੱਕ ਉਹਦੇ ਵੱਖ ਵੱਖ ਸਾਈਡਸ ਦੇ ਉੱਤੇ ਬਣੇ ਹੁੰਦੇ ਆ, ਉਹ ਪੰਸਾ ਲੈ ਲਓ। ਹਰੇਕ ਜਿਹੜੇ ਮੈਂਬਰਸ ਬੈਠੇ ਆਪਣਾ 1-1 ਨੰਬਰ ਡਿਸਾਈਡ ਕਰ ਲੈਣ, ਪੰਸਾ ਸਿੱਟੋ, ਜਿਹਦਾ ਪੰਸਾ 'ਤੇ ਨੰਬਰ ਨਿਕਲਿਆ ਆ ਉਹਨੂੰ ਜਿਹੜਾ ਹੈ ਉਹ ਸਾਰੇ ਪੈਸੇ ਉਹਨੂੰ ਦੇ ਦਿੱਤੇ ਗਏ। ਇੱਦਾਂ ਕਰਦੇ ਕਰਦੇ ਜਿਹਦੇ ਪੈਸੇ ਸਭ ਤੋਂ ਪਹਿਲਾਂ ਖਤਮ ਹੋ ਗਏ ਉਹ ਗੇਮ 'ਚੋਂ ਆਊਟ ਹੋ ਗਿਆ, ਯਾਨੀ ਕਿ ਲਾਸਟ ਆ ਗਿਆ। ਕਰਦੇ ਕਰਦੇ ਜਿਹੜਾ ਸਾਰੇ ਪੈਸੇ ਲੈ ਗਿਆ ਉਹ ਫਸਟ ਆ ਗਿਆ। ਜਿਹੜਾ ਫਸਟ ਆ ਗਿਆ ਇਹਦਾ ਮਤਲਬ ਆਉਣ ਵਾਲੇ ਟਾਈਮ ਦੇ ਵਿੱਚ ਉਹਦੀ ਬਹੁਤ ਹੀ ਬੁਲੰਦ ਤਕਦੀਰ ਹੈ, ਆਉਣ ਵਾਲਾ ਟਾਈਮ ਉਹਦਾ ਬਹੁਤ ਵਧੀਆ। ਜਿਹੜਾ ਜਿਹਦੇ ਪੈਸੇ ਸਭ ਤੋਂ ਪਹਿਲਾਂ ਖਤਮ ਹੋ ਗਏ ਉਹਦਾ ਮਤਲਬ ਆਉਣ ਵਾਲੇ ਟਾਈਮ 'ਚ ਉਹਦੇ ਕੋਲ ਧਨ ਨਹੀਂ ਆਉਣਾ, ਬਦਕਿਸਮਤੀ ਹੋਣੀ ਹੈ। ਇਹ ਸਾਰਾ ਜਿਹੜਾ ਖੇਡ ਹੈਗਾ ਸਿਰਫ ਇੱਕ 60 ਰੁਪਿਆਂ ਦੇ ਵਿੱਚ ਹੋਇਆ, ਜਿਹਨੂੰ ਅਸੀਂ ਪਰਿਵਾਰਿਕ ਖੇਡ ਮੰਨਦੇ ਹਾਂ, ਇਹਨੂੰ ਜੂਆ ਨਹੀਂ ਮੰਨਿਆ ਜਾ ਸਕਦਾ, ਲੇਕਿਨ ਰੂਪ ਚਾਹੇ ਜੂਏ ਦਾ ਹੀ ਹੈ। ਪਰ ਇਹ ਪੁਰਾਣੇ ਟਾਈਮ ਦੇ ਵਿੱਚ ਇਹ ਪ੍ਰਥਾ ਪ੍ਰਚਲਿਤ ਸੀਗੀ, ਲੇਕਿਨ ਅੱਜ ਦੇ ਟਾਈਮ 'ਤੇ ਦੀਵਾਲੀ ਵਾਲੇ ਦਿਨ ਸ਼ਰਾਬ ਪੀਣੀ ਜਾਂ ਲੱਖਾਂ ਰੁਪਏ ਜੂਏ 'ਚ ਲਾਉਣੇ ਜਾਂ ਜਿਹੜਾ ਹੈ ਮਾਸ ਖਾਣਾ, ਇਹਦੇ ਨਾਲ ਮਾਂ ਲਕਸ਼ਮੀ ਜੀ ਕਦੀ ਪ੍ਰਸੰਨ ਨਹੀਂ ਹੋ ਸਕਦੇ। ਸੋ ਇੱਦਾਂ ਦੀਆਂ ਚੀਜ਼ਾਂ ਤੋਂ ਪਰਹੇਜ਼ ਹੀ ਕਰਨਾ ਚਾਹੀਦਾ ਸੀਗਾ। ਸੋ ਆਪਾਂ ਪ੍ਰੋਗਰਾਮ ਨੂੰ ਵਾਈਂਡ ਅਪ ਕਰੀਏ, ਜਾਂਦੇ ਜਾਂਦੇ ਆਪਾਂ ਇੱਕ ਗ੍ਰੀਨ ਦੀਵਾਲੀ ਦਾ ਮੈਸੇਜ ਦੇ ਦਈਏ, ਬਿਕੋਜ਼ ਪਟਾਕੇ ਜਿਹੜੇ ਲੋਕ ਐਤਕੀ ਨਾ ਖਰੀਦਣ ਤਾਂ ਕਿ ਵਾਯੂ ਪ੍ਰਦੂਸ਼ਣ ਜਿਹੜਾ ਹੈਗਾ ਉਹ ਜ਼ਿਆਦਾ ਤੋਂ ਜ਼ਿਆਦਾ ਨਾ ਫੈਲੇ। ਬਹੁਤ ਵਧੀਆ, ਤੁਸੀਂ PBN ਚੈਨਲ ਦੇ ਵੱਲੋਂ ਬਹੁਤ ਪਿਆਰਾ ਸੰਦੇਸ਼ ਦੇ ਰਹੇ ਹੋ, ਅਤੇ ਅਸੀਂ ਵੀ ਸਾਰਿਆਂ ਨੂੰ ਇਹੀ ਅਪੀਲ ਕਰਾਂਗੇ ਕਿ ਦੀਵਾਲੀ 'ਤੇ ਜਿਹੜੇ ਬਹੁਤ ਤੁਸੀਂ ਪਟਾਕਿਆਂ ਦੇ ਉੱਤੇ ਲੱਖਾਂ ਰੁਪਏ ਬਰਬਾਦ ਕਰਦੇ ਹੋ, ਐਤਕੀ ਨਾ ਕਰੋ। ਕੋਈ ਵੀ ਤੁਹਾਡਾ ਚਾਹੁਣ ਵਾਲਾ ਹੈਗਾ ਉਹਨੂੰ ਇੱਕ ਬੂਟਾ ਪੇਂਟ ਕਰੋ ਕਿ ਤੁਸੀਂ ਆਪਣੇ ਘਰ ਦੇ ਬਾਹਰ ਇਹ ਬੂਟਾ ਜ਼ਰੂਰ ਲਗਾਓ। ਕੋਈ ਵੀ ਤੁਹਾਡੇ ਆਸ ਪਾਸ ਇੱਦਾਂ ਦੀ ਸੰਸਥਾ ਹੈ ਜਿੱਥੇ ਗਰੀਬ ਬੱਚੇ ਹੈ, ਅਪਾਹਿਜ ਬੱਚੇ ਹੈ, ਮੰਦ ਬੁੱਧੀ ਬੱਚੇ ਹੈ ਜਾਂ ਡੈਫ ਐਂਡ ਡੰਬ ਨੇ, ਬਲਾਈਂਡ ਬੱਚੇ ਹੈ, ਤਾਂ ਦੀਵਾਲੀ 'ਤੇ ਉਹਨਾਂ ਨੂੰ ਜਾ ਕੇ ਤੁਸੀਂ ਜ਼ਰੂਰ ਕੁਛ ਨਾ ਕੁਛ ਦਿਓ। ਇਦੋਂ ਇਲਾਵਾ ਜੇ ਇੱਦਾਂ ਦਾ ਨਹੀਂ ਵੀ ਕੁਛ ਲੱਭਦਾ ਤਾਂ ਇੱਕ ਛੋਟੇ ਡੱਬੇ 'ਚ ਚਾਹੇ ਤੁਸੀਂ 4 ਲੱਡੂ ਰੱਖ ਕੇ ਕਿਸੇ ਰਿਕਸ਼ੇ ਵਾਲੇ ਨੂੰ, ਕੋਈ ਜੁੱਤੇ ਰਿਪੇਅਰ ਕਰ ਰਿਹਾ, ਕੋਈ ਮਜ਼ਦੂਰ ਹੈ, ਉਹਨੂੰ ਦੇਖ ਕੇ ਜ਼ਰੂਰ ਇੰਨਾ ਕਹੋ ਕਿ ਤੈਨੂੰ ਦੀਵਾਲੀ ਦੀਆਂ ਬਹੁਤ ਬਹੁਤ ਮੁਬਾਰਕਾਂ। ਉਹਦੇ ਚਿਹਰੇ 'ਤੇ ਜਿਹੜੀ ਮੁਸਕਰਾਹਟ ਆਏਗੀ, ਤੁਹਾਨੂੰ ਲੱਖਾਂ ਰੁਪਏ ਦੀ ਜਿਹੜੀ ਦੌਲਤ ਉਹਦੇ ਨਾਲ ਹੀ ਤੁਹਾਨੂੰ ਲੱਗੇਗਾ ਮਿਲੀ ਹੈ, ਮਨ ਦਾ ਸਕੂਨ ਤੁਹਾਨੂੰ ਲੱਗੇਗਾ ਮਿਲਿਆ। ਇੱਕ ਵਾਰ ਫਿਰ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ, ਅਤੇ ਤੁਹਾਨੂੰ ਸਾਰਿਆਂ ਨੂੰ ਦੀਵਾਲੀ ਦੀ ਬਹੁਤ ਬਹੁਤ ਸ਼ੁਭਕਾਮਨਾਵਾਂ ਜੀ। ਵਾਹ ਜੀ ਵਾਹ। ਸੋ ਦੋਸਤੋ, ਸੁਖਮਿੰਦਰ ਜੀ ਤੋਂ ਕਿੰਨਾ ਕੁਛ ਸਿੱਖਣ ਨੂੰ ਮਿਲਿਆ, ਉਹਨਾਂ ਨੇ ਦੱਸਿਆ ਕਿ ਪੂਜਾ ਕਿਸ ਸਮੇਂ ਸਾਨੂੰ ਕਰਨੀ ਚਾਹੀਦੀ ਹੈ ਘਰੇ, ਕਿੰਨੇ ਦੀਏ ਲਗਾਉਣੇ ਚਾਹੀਦੇ ਔਰ ਕਿੱਥੇ ਕਿੱਥੇ ਰੱਖਣੇ ਚਾਹੀਦੇ ਨੇ, ਔਰ ਨਾਲ ਹੀ ਨਾਲ ਪ੍ਰਸ਼ਾਦ ਦੇ ਤੌਰ 'ਤੇ ਖੀਰ ਵੀ ਬਣਾਉਣੀ ਚਾਹੀਦੀ ਹੈ। ਵਾਹ ਯਾਰ, ਖੀਰ ਤੋਂ ਮੈਨੂੰ ਯਾਦ ਆਇਆ ਕਿ ਖਾਣ ਪੀਣ ਦੀ ਗੱਲ ਚੱਲ ਰਹੀ ਹੋਵੇ, ਦੀਵਾਲੀ ਦਾ ਮੌਕਾ ਹੋਵੇ ਔਰ ਮੂੰਹ ਨਾ ਮਿੱਠਾ ਹੋਵੇ, ਇਹ ਕਿਸ ਤਰ੍ਹਾਂ ਹੋ ਸਕਦਾ ਹੈ? ਸੋ ਚੱਲਦੇ ਹਾਂ ਫਿਰ ਸਮਾਰਟ ਸਿਟੀ ਲੁਧਿਆਣਾ ਦੇ ਗੋਪਾਲ ਸਵੀਟਸ 'ਤੇ, ਅਤੇ ਦੇਖਦੇ ਹਾਂ ਲੁਧਿਆਣਾ ਵਾਸੀ ਉੱਥੇ ਕੀ ਖਰੀਦਦਾਰੀ ਕਰ ਰਹੇ ਨੇ ਦੀਵਾਲੀ ਦੇ ਮੌਕੇ 'ਤੇ। ਆਓ ਫਿਰ ਚੱਲਦੇ ਹਾਂ। ਪੇਸਟੀਜ਼ ਲੈ ਰਹੇ ਹਾਂ, ਕੁਛ ਖਾਣ ਪੀਣ ਦਾ ਸਮਾਨ, ਟੋਕਲਾ ਟਾਈਪ, ਅਤੇ ਗਿਫਟ ਆਈਟਮ ਸੋਚ ਰਹੇ ਹਾਂ ਕਿ ਹਾਂ ਵੀ ਇਹਨਾਂ ਕੋਲ ਚੋਕਲੇਟ ਦੀ ਰੇਂਜ ਬੜੀ ਅੱਛੀ ਹੈ, ਸੋ ਥਿੰਕਿੰਗ ਆਫ ਕਿ ਚੋਕਲੇਟਸ ਦੀ ਰੇਂਜ ਕੋਈ ਪੈਕਿੰਗ ਕਰਾ ਲਈ ਅੱਛੀ। ਦੀਵਾਲੀ ਬਸ ਫਰੈਂਡਸ ਵਾਸਤੇ ਗਿਫਟਸ, ਰਿਲੇਟਿਵਸ ਵਾਸਤੇ ਕੈਂਡੀਜ਼ ਔਰ ਸਵੀਟਸ। ਮੈਂ ਦੇਖਿਆ ਮਿਠਾਈਆਂ ਬਹੁਤ ਜ਼ੋਰ ਦਿੱਤਾ ਜਾਂਦਾ ਰਸਗੁੱਲਿਆਂ 'ਤੇ, ਅੱਜ ਕੱਲ੍ਹ ਮੈਂ ਦੇ ਰਹੀ ਚੋਕਲੇਟਸ ਵਾਲਾ ਰੁੱਖ ਹੋਇਆ। ਹਾਂਜੀ, ਉਹ ਥੋੜ੍ਹਾ ਜਿਹਾ ਅਵੋਇਡ ਕਰਨਾ ਪੈ ਰਿਹਾ, ਉਸ ਚੀਜ਼ ਦਾ ਦੁੱਖ ਹੈ, ਬੱਚੇ ਮੰਗਦੇ ਆ ਪਰ ਦੇ ਨਹੀਂ ਪਾਉਂਦੇ, ਉਸ ਚੀਜ਼ ਦੀ ਥੋੜ੍ਹੀ ਪ੍ਰੋਬਲਮ ਆ ਰਹੀ ਹੈ। ਦੀਵਾਲੀ ਕਿਹੜੀ ਪਟਾਕਿਆਂ ਨਾਲ ਮਨਾ ਰਹੇ ਹੋ? ਗ੍ਰੀਨ ਦੀਵਾਲੀ? ਨਹੀਂ ਨਹੀਂ, ਬਿਲਕੁਲ ਪਟਾਕਿਆਂ ਨਾਲ ਨਹੀਂ ਮਨਾ ਰਹੇ, ਰੰਗੋਲੀਜ਼ ਵਗੈਰਾ ਬਣਾਵਾਂਗੇ ਔਰ ਫਰੂਟਸ ਹੋ ਗਏ, ਸਵੀਟਸ ਹੋ ਗਏ, ਆਹ ਵਾਲੀਆਂ ਸਵੀਟਸ, ਚੋਕਲੇਟਸ ਵਗੈਰਾ। ਓਬਵੀਅਸਲੀ ਗ੍ਰੀਨ ਦੀਵਾਲੀ ਹੋਊਗੀ ਤਾਂ ਉਹਦੇ ਨਾਲ ਨਾਲ ਇਹੀ ਹੋਊਗਾ ਕਿ ਖਾ ਪੀ ਕੇ ਇੰਜੋਏ ਕਰੀਏ ਲਾਈਫ। ਮਿਠਾਈਆਂ ਬਹੁਤ ਸਾਰੀਆਂ ਨੇ, ਗਿਫਟ ਆਈਟਮਸ ਦੇਖੀਏ ਤਾਂ ਚੋਕਲੇਟਸ ਵੀ ਨੇ, ਡਰਾਈ ਫਰੂਟ ਵੀ, ਤੁਸੀਂ ਕੀ ਪ੍ਰੈਫਰ ਕਰ? ਜ਼ਿਆਦਾ ਸਵੀਟਸ ਮਿਨੀਮਮ ਅਤੇ ਡਰਾਈ ਫਰੂਟ ਜ਼ਿਆਦਾ, ਹੈਲਦੀ ਹੁੰਦੇ ਤਾਂ ਕਰਕੇ। ਹੈਪੀ ਦੀਵਾਲੀ ਟੂ ਆਲ ਆਫ ਯੂ ਐਂਡ ਯੋਰ ਫੈਮਿਲੀ। ਐਕਚੁਅਲੀ ਗੋਪਾਲ ਮੇਂ
दीवे मतलब बहुत ह्यूज वैरायटी है, तो उसमें क्या है कि हर चीज़ है, चॉकलेट से लेके ड्राई फ्रूट स्वीट्स, मतलब हर कोई बंदा बहुत ही ज़्यादा स्वीट्स की तरफ भी है, ड्राई फ्रूट की तरफ भी है, चॉकलेट्स भी इतना ज़्यादा सेल आउट हो रहा है। और जो पैकिंग्स हैं हमारी, आप देख सकते हो पैकिंग्स बहुत ही ज़्यादा डिफरेंट है। वाह जी वाह। सो दोस्तों, चॉकलेट केक, ड्राई फ्रूट और रसगुल्ले, मेरे तो देख के मुँह पानी ही आ गया सीगा। मैं तो सोच ही रहा सीगा केड़ी चीज़ खरीद के घरे लैके जावा। वो सच करे तो मैंने याद है मम्मा ने तो घरे दिए मंगाए हुए थे, वो मैं अजे तक खरीदे भी नहीं है। सो चलते हैं स्मार्ट सिटी लुधियाना के किप्स मार्केट से, जिते कि बहुत ही वधिया दिए लगे हुए हैं। आओ चलते हैं, नाले मैं भी अपने वास्ते थोड़ी खरीददारी कर लवा। आओ चलिए। हाँ जी अम्मा, हाँ जी दिया खरीद लिया, वड्डे वाला खरीद लिया, पूरे दो दिन तक चलता है। ठीक है जी, ले आऊँगा। ओके जी। सो दोस्तों, तुसी ते देखिया मैनू तो वड्डे वाला दिया पसंद आया है, जिहड़ा मैं घर वास्ते खरीदया। एक बार तेल पाओ तो पूरे दो दिन तक चलता है। वैसे दिवाली आते मैं काफ़ी लंबे समय तो इंतजार कर रहा हूँ, कितने कितने डिस्काउंट यार, मैंने कपड़े का डिस्काउंट मिल जाए, खाण पीन की चीज़ से डिस्काउंट मिल जाए, लाइट्स से मिल जाए, या डेकोरेशन से कितने डिस्काउंट मिल जाए। तो देखते हैं स्मार्ट सिटी लुधियाना से तुहाडे वास्ते कितने कितने डिस्काउंट है, इस रिपोर्ट देखते हैं। सो दोस्तों, साढ़े ने गल करने मौजूद है कि लुधियाना शहर के नंबर वन स्टूडियो तो तुम दसदा कि पारस डिजाइनर स्टूडियो है, जो कि लुधियाने का नंबर वन स्टूडियो है। तो जानते हैं दिवाली से तुहाडे सारयां दे वास्ते किन्ना डिस्काउंट लैके आ रहे हैं। सत श्री अकाल सर। सब तो पहला तो मैं मुबारकबाद दिना सबनों दिवाली दियाँ, और मैं ये उम्मीद करदा कि ये दिवाली सब वास्ते बहुत खुशियाँ लैके आवे। तो पारस डिजाइनर तो पारस डिजाइनर स्टूडियो वालों मैं 10% डिस्काउंट की ऑफर कर रहा कि जिड़े भी मेरे को विजिटर्स आएंगे मैं उन्होंने 10% डिस्काउंट दवांगा। और मैं चाहवागा कि बहुत वो तो लोग आन मेरे को विजिट करन, तो मेरी नवी कलेक्शन देखन। थैंक यू वेरी मच। सर, वातावरण लैके दिवाली की मैसेज देना चाहोगे दिवाली पे? मैं कहना चाहवागा कि ये दिवाली के उत्ते सानू वातावरण पर बहुत ध्यान देना चाहिए आ, और पटाके की वरतों घट करनी चाहिए आ, और एक दूसरे को मिलना चाहिए आ, एक दूसरे के घर जाके उन्होंने मुबारकबाद देनी चाहिए आ, तो इको फ्रेंडली दिवाली विच मैं विश्वास रखदा। तो मैं चाहना कि ये सारे मेरा साथ दो, तो ये दिवाली असी इको फ्रेंडली मनाइए और प्रदूषण तो सानू छुटकारा मिले। और 10% डिस्काउंट तुहाडा पक्का पारस डिजाइनर? हाँ जी हाँ जी, जरूर तुसी आओ तो अपना डिस्काउंट लाओ। थैंक यू वेरी मच। थैंक यू सर। थैंक यू। थैंक यू जी। सब तो पहला दसो कि दिवाली आ चुकी है, की तैयारियां हैं स्पेशली लुधियाना वासियों वास्ते, तुसी इस बारी की लेके आ रहे हो? यस सर, दिवाली आ रही है तो लोग बहुत एक्साइटेड ने हर साल की तरह, तो मैं इस बार काफ़ी नवी चीज़ा इंट्रोड्यूस की अपने शोरूम के, मैं काफ़ी तरह के शैंडलियस डिफरेंट स्टाइल के मैं बनवाए ने ऑन ऑर्डर, तो बाकी मैं बच्चों लिए बहुत अच्छी टॉयज़ दे काइंड ऑफ मैं लाइट्स डिजाइन करवाई है, बाकी हैंगिंग्स या तुहाडे बैडरूम लई ड्राइंग रूम लई हर तरह दी लाइट्स मेरे को अवेलेबल है, पूजा रूम लई गॉडेस की पिक्चर बनी है उसदे तो लाइट इफेक्ट आता है, तो सो मैनी काइंड ऑफ लाइट्स मैं इंट्रोड्यूस कर रही है। सो दिवाली के जो ज़्यादातर कस्टमर्स होंगे वेट काफ़ी लंबे समय तो वेट कर रहे होंगे ने, उन्होंने कि दिवाली से जाकर वो बाय करेंगे चीज़, क्योंकि उस समय अच्कल डिस्काउंट का बहुत ज़्यादा प्रचलन चल रहा है, हर जगह से डिस्काउंट मिल रहा है। सो तुम स्पैशली की लैके आए लुधियाना वासी डिस्काउंट? जी सर, बेसिकली असी डिस्काउंट यूजली नहीं देंगे पूरा साल, लेकिन दिवाली से स्पैशली असी डिस्काउंट ऑफर रखते हैं। इस बार मैं 20% ऑफ इंट्रोड्यूस कर रही हैगी हैं, ताकि लोग अपनी पसंद दी चीज़ा खरीद सकन, जो कि 20% ऑफ से उन्होंने मिल जाएगियाँ। वाह जी वाह, बहुत वधिया गल है कि तुम इन वधिया वधिया चीज़ा जी स्पैशली GCS लाइटिंग 20% डिस्काउंट मिल रही है। सो जाते हैं इस लुधियाना वासी की कहना चाहूँगा एक बार? मैं ही कहूँगी सेफ दिवाली मनाओ, शैंडलियर्स लगाओ अपने घर, लाइट अप करो घर, सेफ दिवाली मनाओ, ग्रीन दिवाली मनाओ। थैंक यू। सबनों पहला प्यार भाई सत श्री अकाल, वेरी वेरी हैप्पी दिवाली। गुरसभे दिवाली सब से बहुत वधिया खुशियां भरी लैके आन। बेलफ्रांस से असी इस बार बहुत अट्रैक्टिव साढ़े गिफ्ट हैम्पर्स, केक्स एंड डिफरेंट टाइप ऑफ कुकीज़,
ਜਿਹੜੇ ਖਲੀ ਸਾਹਿਬ ਤੁਹਾਨੂੰ ਬੈਲਫਰਾਂਸ ਵਿੱਚ ਹੀ ਦੇਖਣ ਨੂੰ ਮਿਲਾਂਗੇ। ਅਤੇ ਜੋ ਸਾਡੇ ਕੋਲ ਇਸ ਵਾਰੀ ਖਾਸ ਅਸੀਂ ਹੈਂਪਰਸ ਜਿਹੜੇ ਤਿਆਰ ਕੀਤੇ ਨੇ ਉਹ ਦੇ ਆਰ ਡਿਫਰੈਂਟ ਦੈਨ ਵਾਟ ਯੂ ਗੈਟ ਇਨ ਅਦਰ ਪਲੇਸਿਸ, ਅਤੇ ਉਹ ਟੋਟਲੀ ਡਿਫਰੈਂਟ ਨੇ ਅਤੇ ਬਹੁਤ ਐਕਸਕਲੂਸਿਵ ਨੇ। ਅਤੇ ਵੀ ਉਹਦੇ ਵਾਸਤੇ ਦਿਵਾਲੀ ਦਾ ਖਾਸ ਮੌਕੇ ਨੂੰ ਦੇਖਦੇ ਹੋਏ ਅਸੀਂ ਕੁਛ ਖਾਸ ਔਫਰਾਂ ਵੀ ਰੱਖੀਆਂ ਨੇ ਡਿਸਕਾਊਂਟ ਦੀਆਂ, ਜਿਹੜਾ ਤੁਸੀਂ ਆਓ ਇੱਥੇ ਐਂਡ ਇੰਜੋਏ ਕਰੋ ਸਾਡੇ ਪ੍ਰੋਡਕਟਸ। ਅਤੇ ਦਿਵਾਲੀ ਜਿਸ ਤਰ੍ਹਾਂ ਤੁਹਾਨੂੰ ਪਤਾ ਕਿ ਇੱਕ ਦੂਜੇ ਦਾ ਮੂੰਹ ਮਿੱਠਾ ਕਰਾਉਂਦਾ, ਇੱਕ ਪਿਆਰ ਭਰੀ ਰੀਤ ਹੈ, ਅਤੇ ਉਹਨੂੰ ਨਿਭਾਉਂਦੇ ਹੋਏ ਬੈਲਫਰਾਂਸ ਦੇ ਪ੍ਰੋਡਕਟਸ ਨਾਲ ਉਹਨੂੰ ਸੈਲੀਬ੍ਰੇਟ ਕਰੋ ਅਤੇ ਸਾਡੇ ਖਾਸ ਔਫਰਸ ਇੰਜੋਏ ਕਰੋ। ਵਾਹ ਜੀ ਵਾਹ। ਸੋ ਦੋਸਤੋ, ਤੁਸੀਂ ਦੇਖਿਆ ਕਿ ਪਾਰਸ ਡਿਜ਼ਾਈਨਰ ਸਟੂਡੀਓ GCS ਲਾਈਟਿੰਗ ਔਰ ਨਾਲ ਹੀ ਨਾਲ ਬੈਲਫਰਾਂਸ ਦੇ ਵਿੱਚ ਲੁਧਿਆਣਾ ਵਾਸੀਆਂ ਵਾਸਤੇ ਕਿੰਨੇ ਵਧੀਆ ਡਿਸਕਾਊਂਟਸ ਦਿੱਤੇ ਜਾ ਰਹੇ ਨੇ। ਸੋ ਦਿਵਾਲੀ ਦੀ ਗੱਲ ਕਰੀਏ ਤਾਂ ਦਿਵਾਲੀ ਦੇ ਮੌਕੇ 'ਤੇ ਅਗਰ ਲੇਡੀਜ਼ ਕਲੱਬ ਦਾ ਨਾਮ ਨਾ ਆਵੇ ਕਿਸ ਤਰ੍ਹਾਂ ਹੋ ਸਕਦਾ ਹੈਗਾ? ਸੋ ਸਮਾਰਟ ਸਿਟੀ ਲੁਧਿਆਣਾ ਦੇ ਲੇਡੀਜ਼ ਕਲੱਬ ਦੇ ਵਿੱਚ ਦਿਵਾਲੀ ਕਿੱਦਾਂ ਸੈਲੀਬ੍ਰੇਟ ਕੀਤੀ ਜਾ ਰਹੀ ਹੈ, ਆਓ ਵੇਖਦੇ ਹਾਂ। ਹੈਪੀ ਦੀਵਾਲੀ, 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 ਹੈਪੀ ਦੀਵਾਲੀ। ये धरती है माँ हमारी, हमें इसे बचाना है, अब से हर दिवाली पटाके रहित मनाना है। सो दोस्तों, ज्यादा ज्यादा साढ़े सारे PBN म्यूजिक चैनल टीम वालों दिवाली दिया लख लख मुबारक। अपने शहर की सफाई रखो, अपने माता पिता ध्यान रखो, सेफ दिवाली मनाओ, अपने घर रंगोली बनाओ और प्लांट्स लगाओ। सो असं आस करते कि तुम्हें साढ़ा इतना प्रोग्राम बहुत ही वधिया लग्या होना। अपने शहर की सफाई रखो, अपने माता पिता ध्यान रखो, मेरे छोटे भैन भरा पढ़ते लिखते रहन, क्योंकि पढ़ेगा इंडिया तो आगे बढ़ेगा इंडिया। सो कैमरा पर्सन B. Manjeet के नाल हरदीप दुआ नूं दिओ इजाजत। धन्यवाद।